अजीज खैराबादी नू सारी दुनिया जानदी है। कौन? अजीज खैराबादी। जे तुसी ए भी नाम ही कहंदे कि मेरे पसंदीदा ते शायद ओना दी कोई चल जाना सी काम। तीर गवाचे तुक्के रह गए, लेख साडे सुत्ते रह गए। नक कदूरत कड्डी दिल चों, ते दे कंडे ठुके रह गए। अज कल लोग वफावां वेचन लग पे ने, धियां पुत्र मावां वेचन लग पे ने। जिन्हां दे अनमुल्ले अथरू सन ओवी, हाड़े होके हावां वेचन लग पे ने। मैं तुहानू पुछना सी, खैर है जनाब? शेर शायरी यही तो जिंदगी है। मशाल्लाह बड़ा सोहना गांदे हो, ते ए शेर सन? हां जी, ते तुहानू की लगदा है शेर है? गाउन है कोई? गाउन भी ते शेर ही हुंदे ने। ते किन्ना दा है? लो, तुसी इहनां नू नहीं जानदे, सारी दुनिया जानदी है। मैं ते अजीज खैराबादी नू सारी दुनिया जानदी है। कौन? अजीज खैराबादी। ਜਿਉਂਦੇ ਨੇ? ਆਇਓ ਦਿਮਾਗ। ਇਹ ਅਮਰ ਹੋ ਗਏ ਨੇ, ਉਹ ਜ਼ਿੰਦਗੀ 'ਚ ਹੀ ਅਮਰ ਹੋ ਗਏ ਨੇ ਇਹੋ ਜਿਹੇ ਗਾਣੇ ਗਾ। ਤੁਸੀਂ ਜਿਵੇਂ ਗਾਇਆ, ਲੱਗਦਾ ਇਹਨਾਂ ਦਾ ਅਮਰ ਹੋਣਾ ਤੇ ਬਣਦਾ ਹੈ। ਜ਼ਾਹਿਰ ਬੜਾ ਸੋਜ਼ ਹੈ ਤੁਹਾਡੀ, ਉਹ ਜ਼ਾਹਿਰ ਸ਼ਾਇਰ ਵੀ ਸੋਜ਼ ਵਾਲੇ ਹੀ ਹੋਣੇ ਨੇ। ਕੀ ਬਾਤ ਹੈ, ਮੇਰਾ ਪਸੰਦੀਦਾ ਸ਼ਾਇਰ ਤੁਹਾਨੂੰ ਨਹੀਂ? ਤੁਸੀਂ ਪਤਾ ਨਹੀਂ ਕਿੱਥੇ, ਤੁਹਾਨੂੰ ਪਤਾ ਹੀ ਨਹੀਂ ਐਡੇ ਅੱਛੇ ਸ਼ਾਇਰ ਨੇ। ਜੇ ਤੁਸੀਂ ਇਹ ਵੀ ਨਾਮ ਹੀ ਕਹਿੰਦੇ ਕਿ ਮੇਰੇ ਪਸੰਦੀਦਾ, ਤੇ ਸ਼ਾਇਦ ਉਹਨਾਂ ਦੀ ਕੋਈ ਚੱਲ ਜਾਣਾ ਸੀ ਕੰਮ। ਅੱਛਾ, ਥੋੜਾ ਜਿਹਾ ਅਗਾਹ ਟੁਰ ਪੈਣਾ ਸੀ। ਕੋ ਹੋਰ ਸ਼ੇਰ ਯਾਦ ਜੇ? ਬੇਬਾ ਉਹਨਾਂ ਦੇ ਸ਼ੇਰ ਜ਼ਬਾਨੇ ਜ਼ਦੇ ਆਮ, ਹਰ ਦੁਨੀਆ ਦੁਨੀਆ ਬੱਚਾ ਬੱਚਾ ਜਾਣਦਾ, ਗਲੀਆਂ ਦੇ ਬੱਚੇ ਗਾਉਂਦੇ ਫਿਰਦੇ ਨੇ। ਹਾਂਜੀ, ਖੈਰਾਬਾਦੀ ਬੜੇ ਮਸ਼ਹੂਰ। ਕਿੱਥੋਂ ਦੇ ਬੱਚੇ? ਬ੍ਰਾਜ਼ੀਲ ਦੇ। ਇੱਥੇ ਲਾਹੌਰ ਦੀਆਂ ਗਲੀਆਂ 'ਚ ਗਾਉਂਦੇ ਫਿਰਦੇ ਨੇ ਤੁਸੀਂ ਬ੍ਰਾਜ਼ੀਲ ਦੇ? ਅਸੀਂ ਵੀ ਇੱਥੇ ਹੀ ਜੰਮ ਪਲਾਂ। ਚਲੋ ਸੁਣਾਓ ਭਲਾ ਕੋਈ ਹੋਰ ਸ਼ੇਰ, ਸ਼ਾਇਦ ਯਾਦ ਆਈ ਜੇ। ਬੜੇ ਲਓ ਫਿਰ ਹੋਰ ਸੁਣੋ ਜੀ। ਤੀਰ ਗਵਾਚੇ ਤੁੱਕੇ ਰਹਿ ਗਏ, ਲੇਖ ਸਾਡੇ ਸੁੱਤੇ ਰਹਿ ਗਏ। ਲੱਖ ਕਦੂਰਤ ਕੱਢੀ ਦਿਲ ਚੋਂ, ਸੇਹ ਦੇ ਕੰਡੇ ਠੁੱਕੇ ਰਹਿ ਗਏ। ਬੰਦਾ ਇੱਥੇ ਟਾਵਾਂ ਟਾਵਾਂ, ਰਿੱਛ ਬਗਿਆੜ ਤੇ ਕੁੱਤੇ ਰਹਿ ਗਏ। ਹੈ ਕਿ ਨਹੀਂ, ਵੱਜਦਾ ਕਿ ਨਹੀਂ ਦਿਲ ਤੇ? ਤੁੱਕਾ ਹੀ ਲੱਗਾ ਜੇ ਵੈਸੇ। ਹੈਂ, ਤੁੱਕਾ? ਇਹ ਕੀ ਤੁਸੀਂ ਗੱਲ ਕਰਨ ਦੇ? ਉਹ ਐਡੇ ਮਹਾਨ ਸ਼ਾਇਰ ਦਾ ਤੁਸੀਂ ਇੰਜ ਮਜ਼ਾਕ ਉਡਾਉਣ ਦੇ, ਤੁੱਕਾ ਕਹਿਣ ਦੇ? ਮਜ਼ਾਕ ਨਹੀਂ ਉਡਾਉਣ ਦੇ। ਨਹੀਂ ਜਨਾਬ, ਤੁਸੀਂ ਤੁਹਾਨੂੰ ਪਤਾ ਹੀ ਨਹੀਂ ਗਾ ਕਿ ਸ਼ਾਇਰੀ ਹੁੰਦੀ ਕੀ। ਅੱਛਾ, ਸੋਸ਼ਲ ਮੀਡੀਆ ਤੇ ਮੈਨੂੰ ਲੱਗਦਾ ਇਹਨਾਂ ਨੂੰ ਇਜਾਜ਼ਤ ਨਹੀਂ ਆ ਕੋਈ। ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਉਹਨਾਂ ਨੂੰ ਲੋੜ ਹੈ? ਸੋਸ਼ਲ ਹੀ ਹੈ ਜਿਹੜਾ ਸੋਸ਼ਲ ਮੀਡੀਆ ਤੇ ਚੱਲਣ ਦੇ? ਲੋੜ ਹੀ ਨਹੀਂ ਸੋਸ਼ਲ ਮੀਡੀਆ ਦੀ, ਦੁਨੀਆ ਦੇ ਦਿਲਾਂ 'ਚ ਵੱਸਦੇ ਨੇ ਉਹ। ਲੋ ਜੀ, ਮੈਂ ਵੈਸੇ ਬੁਰਾ ਨਾ ਮਨਾਣਾ, ਮੈਂ ਪਹਿਲੀ ਵਾਰੀ ਸ਼ੇਰ ਸੁਣੇ ਜੇ ਹੈ। ਉਹਨਾਂ ਨੇ ਕੋਈ ਕਿਤੇ ਲਿਖੀ ਲੁਖੀ ਕੋਈ ਕਿਤਾਬ? ਓਏ, ਤੁਸੀਂ ਉਹਨੂੰ ਜਾਣਦੇ ਹੀ ਨਹੀਂ? ਨਹੀਂ, ਮਾਨਣਾ ਨਹੀਂ ਜੇ ਜਾਣਦਾ। ਆਇਓ ਜਮਾ। ਉਹਨਾਂ ਨੇ ਇੱਕ ਕੁਛ ਹੈ ਕੀ ਸ਼ਾਇ? ਉਹ ਕਿਤਾਬਾਂ ਦੇ ਢੇਰ ਦੀਵਾਨ ਲਿਖ ਛੱਡੇ ਉਹਨਾਂ ਨੇ। ਕੋਈ ਹੋਰ ਸ਼ੇਰ ਯਾਦ ਜੇ? ਛੱਡੋ, ਤੁਹਾਨੂੰ ਸੁਣਾਉਣ ਦਾ ਫਾਇਦਾ ਹੀ ਨਹੀਂ, ਤੁਹਾਨੂੰ ਪਤਾ ਹੀ ਨਹੀਂ, ਇੱਕ ਬੰਦੇ ਦੀ ਕਦਰ ਦਾ ਹੀ ਨਹੀਂ ਪਤਾ ਤੁਹਾਨੂੰ। ਦੇਖੋ ਜੀ, ਜਿਨ੍ਹਾਂ ਨੂੰ ਤੇ ਦੇਖਿਆ ਖੈਰਾਬਾਦੀ ਸਾਹਿਬ, ਰੱਬ ਇਹਨਾਂ ਦੀ ਖੈਰ ਕਰੇ ਜੇ ਜਿਉਂਦੇ ਨੇ ਤੇ। ਹਾਂਜੀ, ਇਹਨਾਂ ਸ਼ੇਰਾਂ ਤੋਂ ਬਾਅਦ ਤੇ ਮੈਨੂੰ ਨਹੀਂ ਲੱਗਦਾ ਕੋਈ ਲਾਈਵ। ਅੱਛਾ, ਓ ਲੈ, ਲਾਈਵ ਗਾਉਂਦੇ ਸਨ? ਉਹ ਹਰ ਥਾਂ ਪਹੁੰਚੇ ਹੁੰਦੇ ਨੇ। ਅੱਛਾ, ਲੋ ਦੱਸੋ। ਵੈਸੇ ਨਾ ਕੋਈ ਹੋਰ ਸ਼ੇਰ? ਉਹ ਮੈਂ ਕਹਿੰਦਾ ਬੇਬਾ ਨੇ, ਪਰ ਤੁਹਾਨੂੰ ਸੁਣਾਉਣ ਦਾ ਫਾਇਦਾ ਹੀ ਨਹੀਂ, ਤੁਹਾਨੂੰ ਜਦੋਂ ਪਤਾ ਹੀ ਨਹੀਂ ਇੱਕ ਬੰਦੇ ਦੀ ਕਦਰ ਦਾ ਹੀ ਨਹੀਂ ਪਤਾ, ਤੁਹਾਨੂੰ ਸੁਣਾਉਣਾ ਤੇ ਇੰਜੀ ਜਿਵੇਂ ਮੱਝ ਨੂੰ ਸੁਣਾ ਲਿਆ। ਜਿੱਤ ਮੈਂ ਹੁਣ ਤੁਸੀਂ ਗਾ ਰਹੇ ਸੋ, ਵੈਸੇ ਮੱਝਾਂ ਨੂੰ ਸੁਣਾਉਣ ਵਾਲੇ ਸੀ ਜਿਵੇਂ ਤੁਸੀਂ ਇੰਜ। ਇਹ ਤੇ ਇਹ ਵੇਖੋ, ਇਹ ਤੇ ਤੁਹੀਨ ਕਰਨ ਦੇ। ਨਹੀਂ, ਸ਼ੇਰ ਤੇ ਵਾਵਾ ਸੋਹਣੇ ਸਨ, ਤੁਸੀਂ ਗਾਇਆ ਵੀ ਚੰਗਾ। ਮੈਂ ਅਸਲ ਚਾਹ ਰਿਹਾ ਸੀ ਕਿ ਸ਼ਾਇਰ ਦਾ ਤੇ ਪਤਾ ਲੱਗ ਜਾਂਦਾ ਲੋ, ਸਾਡੇ ਅੱਜ ਕੱਲ੍ਹ ਬੜਾ ਚੱਲਣ ਡਿਆ ਨਾ ਕਿ ਕਿਸੇ ਦਾ ਸ਼ੇਰ ਕਿਸੇ ਦਾ ਜਿਹਨੇ ਗਾਤਾ। ਛੱਡੋ ਜਨਾਬ, ਉਹ ਕੋਈ ਮਸਰੂਕਾ ਸ਼ੇਰ ਨੇ, ਉਹ ਕਿਸੇ ਦੇ ਚੋਰੀ ਕਰਨ ਡਏ ਨੇ, ਉਹ ਦੁਨੀਆ ਨੇ ਉਹਨਾਂ ਦੇ ਚੋਰੀ ਕੀਤੇ ਨੇ। ਵਾਹ ਜੀ ਵਾਹ। ਉਹ ਕੀ ਮਸਲਾ ਹੈ? ਉਹ ਸਾਰੇ ਇਹਨਾਂ ਨੂੰ ਪਤਾ ਹੀ ਨਹੀਂ, ਅਜ਼ੀਜ਼ ਖੈਰਾਬਾਦੀ ਦਾ ਨਹੀਂ ਪਤਾ, ਤੁਹਾਨੂੰ ਤੇ ਪਤਾ ਕਿ ਕਿੰਨਾ ਵੱਡਾ ਸ਼ਾਇਰ ਹੈ। ਜਰਦਾਨੀ ਸਾਹਿਬ, ਦੇਖੋ ਤੁਸੀਂ ਆਪ ਸ਼ਾਇਰ ਹੋ, ਵੱਡੇ ਸ਼ਾਇਰ ਨੇ, ਵੱਡੇ ਸ਼ਾਇਰ ਨੇ, ਮਾਸ਼ਾਅੱਲਾ ਅੱਬਾ ਹਜ਼ੂਰ, ਉਸ ਤੋਂ ਵੀ ਜਰਦਾਨੀ ਜਲੰਧਰੀ ਸਾਹਿਬ ਕੌਣ ਨਹੀਂ ਜਾਣਦਾ। ਦੇਖੋ ਨਾ, ਜਿਨ੍ਹਾਂ ਨੂੰ ਅਸੀਂ ਜਾਣਦੇ ਆ, ਉਹਨੇ ਪਤਾ ਨਹੀਂ ਕੋਈ ਖੈਰਾਬਾਦੀ ਸਾਹਿਬ ਦੇ ਸੁਣਾਣੇ ਸ਼ੇਰ ਸੋਹਣੇ ਸਨ। ਅਜ਼ੀਜ਼ ਖੈਰਾਬਾਦੀ ਨੂੰ ਤੇ ਤੁਸੀਂ ਜਾਣਦੇ ਹੀ ਹੋਣੇ। ਦੇਖ ਲਓ, ਅਜ਼ੀਜ਼ ਖੈਰਾਬਾਦੀ ਤੁਸੀਂ ਨਹੀਂ ਜਾਣਦੇ? ਨਹੀਂ, ਮੈਂ ਨਹੀਂ। ਕੌਣ ਹੈ?
ਕੁੱਟੀ ਹੋਣੀ ਸਾਹਿਬ।